ਐਗ ਵਿੱਚ ਬ੍ਰੈਡ ਪਾ ਕੇ ਡਿਪ ਕਰਕੇ ਬਣਾਉਣ ਲੱਗੇ ਹਾਂ। ਦੋ ਹੀ ਬਣਾਉਣੇ ਆ ਬਸ ਭਾਅ। ਜ਼ਿਆਦਾ ਨਹੀਂ ਮੈਂ ਆਇਲ ਲਗਾਉਂਦੀ, ਥੋੜ੍ਹਾ ਹੀ ਲਗਾਉਂਦੀ ਹਾਂ। ਥੋੜ੍ਹਾ ਜਿਹਾ ਕਰ ਰਹੀ ਹਾਂ ਜ਼ਿਆਦਾ, ਕਿਉਂਕਿ ਬ੍ਰੈਡ ਵੀ ਅੰਦਰੋਂ ਪੱਕ ਜਾਵੇ, ਟੇਸਟ ਅੱਛਾ ਹੁੰਦਾ ਸੀ। ਦੋ ਹੀ ਐਗ ਲਏ ਮੈਂ ਤੇ ਦੋ ਹੀ ਬ੍ਰੈਡ ਲਏ ਆ। ਅੱਛੀ ਤਰ੍ਹਾਂ ਡਿਪ ਕਰਕੇ
ਪਲਟੀ ਥੋੜ੍ਹਾ ਜਿਹਾ ਬਚਿਆ ਹੈ, ਅਜੇ ਮੈਂ ਉਹਦੇ ਵਿੱਚ ਹੀ ਪਾ ਦੇਣਾ। ਥੋੜ੍ਹਾ ਜਿਹਾ ਹੋ ਜਾਵੇ ਕ੍ਰਿਸਪੀ ਆ ਅਤੇ ਬਸ ਤਿਆਰ ਹੈ। ਨਾਲ ਲੈਣੀ ਆ ਚਾਈ, ਥੋੜ੍ਹੀ ਜਿਹਾ ਆਇਲ ਲਗਾਉਣੀ ਆ, ਹੋਰ ਟੇਸਟ ਅੱਛਾ ਆਉਂਦਾ। ਕਈ ਤਾਂ ਐਗ ਖਾ ਲੈਂਦੇ ਹਾਫ ਫਰਾਈ, ਹਾਫ ਫਰਾਈ ਨਹੀਂ ਮੇਰੇ ਕੋਲ ਖਾਧਾ ਜਾਂਦਾ, ਮੇਰੇ ਕੋਲ ਹੋ ਜਾਂਦਾ ਕਿ ਥੋੜ੍ਹਾ ਜਿਹਾ ਪੱਕ ਜਾਵੇ ਐਗ ਫਿਰ ਖਾਧਾ ਜਾਂਦਾ। ਬਣਾਓ ਤਾਂ ਖਾਓ। ਮਾਰਨਿੰਗ ਗਾਈਜ, ਵੈਲਕਮ ਬੈਕ ਟੂ ਮਾਈ ਚੈਨਲ। ਤੋ ਕੈਸੇ ਹੋ ਆਪ, ਅੱਛੇ ਹੋਗੇ, ਅੱਛੇ ਰਹਿਣਾ। ਚਲੋ ਕਰਦੇ ਹਾਂ ਦਿਨ ਕੀ ਸ਼ੁਰੂਆਤ ਸਵੀਟੀ ਕੇ ਸਾਥ। ਉੱਠ ਚੁੱਕੀ ਹੂੰ, ਸ਼ਾਵਰ ਲਏ, ਫਰੈਸ਼ ਹੋ ਗਈ ਹੂੰ, ਪਰਫਿਊਮ ਵਗੈਰਾ ਲਗਾ ਲਈ, ਅੱਛੀ ਅੱਛੀ ਖੁਸ਼ਬੂ ਆ ਰਹੀ ਹੈ। ਚੀਕੂ ਦੇ ਬੈੱਡ 'ਤੇ ਬੈਠਣ ਲੱਗੀ ਹਾਂ। ਆਹਾ ਹਾ, ਚੀਕੂ ਦੇ ਬੈੱਡ ਦੇ ਉੱਤੇ ਬੈਠਣ ਦਾ ਵੀ ਕੁਛ ਅਲੱਗ ਹੀ ਮਸਾ ਹੈ। ਟੀ ਵੀ ਦੀ ਆਵਾਜ਼ ਨੂੰ ਬੰਦ ਕਰਨਾ ਪਿਆ ਕਿਉਂਕਿ ਟੀ ਵੀ ਸਾਰਾ ਦਿਨ ਚੱਲਦਾ ਹੀ ਰਹਿੰਦਾ ਹੈ। ਜਦੋਂ ਟੀ ਵੀ ਬੰਦ ਹੋ ਜਾਵੇ ਸਮਝੋ ਸਾਰੇ ਸੋ ਗਏ। ਸਭ ਦੇ ਘਰ ਇਹੀ ਮੇਰੇ ਖਿਆਲ ਹੁੰਦਾ ਹੈ, ਸਾਡੇ ਟੀ ਵੀ ਸਾਰਾ ਦਿਨ ਚੱਲਦਾ ਹੈ। ਹਾਲੇ ਤਾਂ ਮੈਗੀ ਨੂੰ ਛੁੱਟੀਆਂ ਵਗੈਰਾ ਚੱਲਦੀਆਂ, ਬਸ ਮੈਗੀ ਦਾ ਵੀ ਆਪਾਂ ਕਾਲਜ ਸਟਾਰਟ ਹੋ ਜਾਣਾ ਹੈ। ਮਗਰ ਮੈਗੀ ਅਗਰ ਘਰ ਨਾ ਵੀ ਹੋਵੇ ਤਾਂ ਇੱਕ ਹਫ਼ਤਾ ਵੀ ਨਹੀਂ ਰਿਹਾ ਅਤੇ ਕਾਲਜ ਖੁੱਲ੍ਹਣ ਲੱਗੇ ਹਾਂ ਅਤੇ ਜਾਏਗੀ ਆਪਣੇ ਕਾਲਜ। ਫਿਰ ਸਾਰਾ ਸਾਰਾ ਦਿਨ ਨਹੀਂ ਸ਼ਕਲ ਦੇਖਣ ਨੂੰ ਮਿਲੇਗੀ। ਅਤੇ ਇੰਨੇ ਦਿਨ ਨਾਸ਼ਤਾ ਨੁਸ਼ਤਾ ਬਣਾਉਂਦੀ ਰਹੀ ਹੈ, ਮਗਰ ਕਿੰਨੇ ਕੁ ਦਿਨ ਹੋ ਗਏ ਆਪਾਂ ਕਿਚਨ ਦੇ ਵਿੱਚ ਫੂਡ ਵਗੈਰਾ ਵੀ ਘੱਟ ਹੀ ਥੋੜ੍ਹਾ ਜਿਹਾ ਬਣਾਇਆ। ਕਿਉਂਕਿ ਜਦੋਂ ਦੇਖੋ ਬਾਹਰ ਘੁੰਮਣ ਜਾਣਾ, ਜਦੋਂ ਦੇਖੋ ਬਾਹਰ ਘੁੰਮਣ ਜਾਣਾ ਅਤੇ ਕੁਛ ਇੱਕ ਦੋ ਦਿਨ ਵਿੱਚ ਮੈਂ ਬਲੌਗ ਕਈ ਵਾਰੀ ਮੈਂ ਬਣਾ ਵੀ ਨਹੀਂ ਵਿੱਚ ਸਕੀ। ਅਤੇ ਨਾਲੇ ਮੇਰਾ ਬਲੌਗ ਹਮੇਸ਼ਾ ਅੱਗੇ ਪਿੱਛੇ ਹੁੰਦਾ, ਕਿਉਂ? ਕਿਉਂਕਿ ਜਿਹੜੀ ਉਹਦੀ ਐਡੀਟਿੰਗ ਕਰਨੀ ਹੁੰਦੀ, ਜੋ ਵੀ ਕਰਨਾ ਹੁੰਦਾ ਐਡੀਟਿੰਗ ਵਗੈਰਾ, ਕੋਈ ਮੇਰੀ ਹੈਲਪ ਨਹੀਂ ਕਰਦਾ, ਮੈਗੀ ਵੀ ਨਹੀਂ ਕਰਦੀ। ਫਿਰ ਮੇਰੇ ਕੋਲ ਜਿੰਨਾ ਕੁ ਟਾਈਮ ਹੁੰਦਾ ਫਿਰ ਮੈਂ ਐਡੀਟਿੰਗ ਕਰਨ, ਰਾਤ ਨੂੰ ਕਰਦੀ ਹੁੰਦੀ ਐਡੀਟਿੰਗ ਬੈਠ ਕੇ, ਅਤੇ ਉਹ ਫਿਰ ਕਈ ਵਾਰੀ ਨਹੀਂ ਮਨ ਕਰਦਾ ਹੁੰਦਾ, ਫਿਰ ਮੇਰੀ ਵੀਡੀਓ ਪਾਉਣ ਵਾਲੀ ਰਹਿ ਜਾਂਦੀ ਆ। ਫਿਰ ਉਹ ਮੈਂ ਜਾ ਕੇ ਅਗਲੇ ਦਿਨ ਸਵੇਰ ਨੂੰ ਐਡੀਟਿੰਗ ਕਰਦੀ ਹਾਂ, ਫਿਰ ਜਾ ਕੇ ਅਗਲੇ ਦਿਨ ਪੈਂਦੀ। ਮਤਲਬ ਕਿ ਇਹ ਨਹੀਂ ਹੈ ਕਿ ਜੇਕਰ ਮੰਨ ਲਓ ਮੈਂ ਅੱਜ ਵੀਡੀਓ ਬਣਾਈ ਤਾਂ ਅੱਜ ਹੀ ਪੈ ਜਾਣੀ ਆ। ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਅੱਜ ਵੀਡੀਓ ਬਣਾਈ ਹੈ ਅਤੇ ਅੱਜ ਹੀ ਪੈ ਜਾਣੀ ਆ, ਮਗਰ ਹੁਣ ਕੀ ਹੁੰਦਾ ਕਿ ਜਦੋਂ ਮੈਂ ਫਿਰ ਰਾਤ ਨੂੰ ਪਾਉਣ ਲੱਗਦੀ ਹਾਂ ਫਿਰ ਮੈਨੂੰ ਕਦੀ ਕੋਈ ਕੰਮ ਆ ਜਾਂਦਾ, ਕਈ ਵਾਰ ਨੀਂਦ ਆ ਜਾਂਦੀ, ਕਈ ਵਾਰ ਕੁਛ ਬਸ ਇਸੇ ਤਰ੍ਹਾਂ ਰਹਿ ਜਾਂਦੀ ਆ, ਉਹ ਫਿਰ ਅੱਗੇ ਤੋਂ ਅੱਗੇ ਚੱਲਦੀ ਆ। ਜਿਸ ਤਰ੍ਹਾਂ ਕਿ ਹੁਣ ਮੈਂ ਅੱਜ ਵੀਡੀਓ ਇਹ ਲਈ ਬਣਾ ਰਹੀ ਹਾਂ
ਤੇ ਹਾਲੇ ਮੈਂ ਜਦੋਂ ਆਪਾਂ ਰੱਖੜੀ ਵਾਲੀ ਸੀ ਰੱਖੜੀ ਵਾਲੀ ਹਾਲੇ ਵੀਡੀਓ ਪਾਣੀ ਆ, ਹਾਲੇ ਮੈਂ ਉਹਦੀ ਐਡੀਟਿੰਗ ਕਰਨੀ ਆ, ਮੇਰੇ ਕੋਲ ਪਈ ਹੈ, ਮੇਰਾ ਮੋਬਾਈਲ ਫੁੱਲ ਹੋਇਆ ਹੁੰਦਾ। ਹਾਲਾਂਕਿ ਪਿਛਲੀਆਂ ਵੀ ਜਿੰਨੀਆਂ ਬਣਾਈਆਂ ਪਾਈਆਂ ਹੋਈਆਂ ਸੀ ਉਹ ਵੀ ਹਾਲੇ ਡਿਲੀਟ ਕਰਨ ਵਾਲੀਆਂ, ਅੱਗਿਓਂ ਵੀ ਜਿਹੜੀ ਬਣਾਈ ਬਣਾ ਬਣਾ ਕੇ ਰੱਖੀ ਜਾਣੀਆਂ ਉਹ ਵੀ ਪਈਆਂ ਹੋਈਆਂ, ਜਿੰਨਾ ਕੁ ਮਤਲਬ ਟਾਈਮ ਹੋ ਸਕਦਾ ਫਿਰ ਮੈਂ ਓਨਾ ਕਰਦੀ। ਉੱਧਰ ਮੈਂ ਆਪਣੀ ਟਿਕਟੋਕ ਵੀ ਚਲਾਉਣੀ ਹੁੰਦੀ ਹੈ ਨਾ, ਅਤੇ ਅੱਜ ਮੈਂ ਕੀ ਬਣਾਉਣਾ ਹੈ ਦੇਖਦੇ। ਅੱਜ ਕਿਚਨ 'ਚ ਚੱਲਦੇ ਹਾਂ ਹੈ ਨਾ, ਕਿਚਨ ਦੇ ਵਿੱਚ ਵੀ ਕਿੰਨੇ ਦਿਨ ਹੋ ਗਏ, ਕਿਚਨ 'ਚ ਵੀ ਘੱਟ ਵੱਧ ਹੀ ਬਣਦੀ ਆ। ਟੀ ਵੀ ਦੀ ਆਵਾਜ਼ ਤਾਂ ਬਿਲਕੁਲ ਹੁਣ ਬੰਦ ਕੀਤੀ ਆ, ਅਗਰ ਟੀ ਵੀ ਦੀ ਆਵਾਜ਼ ਚੱਲਦੀ ਹੋਵੇ ਫਿਰ ਮੈਨੂੰ ਐਡੀਟਿੰਗ ਜ਼ਿਆਦਾ ਕਰਨੀ ਪੈ ਜਾਂਦੀ। ਉਹ ਕਿਸ ਤਰ੍ਹਾਂ, ਟੀ ਵੀ ਦੀ ਆਵਾਜ਼ ਚੱਲਦੀ ਹੋਵੇ ਫਿਰ ਮੈਨੂੰ ਉੱਥੋਂ ਮਿਊਟ ਕਰਨਾ ਪੈਂਦਾ, ਕਿਉਂਕਿ ਮਿਊਟ ਮੈਂ ਨਾ ਕਰਾਂ ਉਹ ਕਿੱਦਾਂ ਲੱਗੀ ਹੈ ਚੀਕੂ ਦੇ ਨਾਲ, ਹੈ ਹਟਦੇ ਨਹੀਂ ਆ ਚੀਕੂ, ਕਰਦਾ ਰਹਿੰਦਾ ਇੱਦਾਂ ਕਰਦਾ ਰਹਿੰਦਾ, ਜਿੱਦਾਂ ਮਤਲਬ ਮੂੰਹ ਇਹਦੇ ਨਾ ਗਲੇ ਦੇ ਵਿੱਚ ਰੇਸ਼ਾ ਫਸੀ ਹੁੰਦੀ ਆ, ਉਹ ਹਟਦਾ ਨਹੀਂ ਆ, ਉਹ ਉਹਦੀਆਂ ਪੱਪੀਆਂ ਲੈਂਦੀ ਰਹੇਗੀ ਲੈਂਦੀ ਰਹੇਗੀ ਲੈਂਦੀ ਰਹੇਗੀ, ਖਰ 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 ਕਰਦਾ ਰਹੇਗਾ। ਮੈਂ ਦਿਖਾਉਂਦੀ ਹਾਂ ਤੁਹਾਨੂੰ, ਹੁਣੇ ਦਿਖਾਉਂਦੀ ਹਾਂ। ਹਾਂ ਮੈਂ ਗੱਲ ਕਰ ਰਹੀ ਸੀ ਕਿ ਮੈਂ ਫਿਰ ਮੈਨੂੰ ਆਵਾਜ਼ ਮਿਊਟ ਕਰਨੀ ਪੈਂਦੀ ਹੈ, ਕਿਉਂਕਿ ਫਿਰ ਮੇਰਾ ਅਗਰ ਟੀ ਵੀ ਦੀ ਆਵਾਜ਼ ਪਿੱਛੇ ਆ ਜਾਵੇ ਕੋਪੀ ਰਾਈਟ ਹੋ ਜਾਂਦਾ, ਫਿਰ ਮੇਰਾ ਐਡੀਟਿੰਗ ਕਰਨ ਦਾ ਜ਼ਿਆਦਾ ਟਾਈਮ ਲੱਗ ਜਾਂਦਾ। ਐਡੀਟਿੰਗ ਕਰਨੀ ਈਜ਼ੀ ਨਹੀਂ ਆ, ਟਾਈਮ ਲੱਗਦਾ। ਅੱਛਾ ਤਾਂ ਚਲੋ ਮਿਲਾਨੀ ਹੈ ਦੋਨੇ, ਕੀ ਕਰਦੇ ਆ, ਲੈ ਉਹ ਉਤਰ ਆਇਆ, ਉਤਰ ਗਿਆ ਉੱਨੀ 'ਚ ਹੀ ਉਤਰ ਗਿਆ, ਉਹ ਦਿਖਾਉਂਦੀ ਹਾਂ ਠੀਕ ਹੈ। ਔਰ ਮੈਗੀ ਤੋਂ ਜਾਨ ਛੁਡਾਈ ਆ, ਨੀਚੇ ਆ ਗਿਆ, ਪੁੱਛੀ ਹੁੰਦੀ ਹਾਏ ਮੰਮਾ ਮੇਰੇ ਬਿਸਤਰ 'ਤੇ ਬੈਠੀ ਆ, ਆ ਜਾ ਆ ਜਾ ਆ ਜਾ, ਚੱਲ ਆਪਣੇ ਬਿਸਤਰ 'ਤੇ ਚੱਲ, ਆ ਚੱਜਾ 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 ਮੇਰਾ ਪੁੱਤ, ਮਾਂ ਛੱਡ ਕੇ ਨੀ, ਮਾਂ ਛੱਡ ਕੇ ਨੀ, ਮਾਂ ਛੱਡ ਕੇ ਮਾਂ ਤੋਂ ਡਿਮਾਂਡ ਹੋਣ ਲੱਗੀ ਆ, ਫਿਰ ਮੂੰਹ ਉੱਧਰ ਨੂੰ ਕਰ ਲੈਂਦਾ ਕਿ ਜਿੱਧਰ ਇਹਦਾ ਸਮਾਨ ਪਿਆ ਹੁੰਦਾ, ਕਾਫੀ ਜਗ੍ਹਾ ਉੱਧਰੋਂ ਖਾਲੀ ਹੋ ਗਈ, ਬਸ ਇੱਧਰ ਵੀ ਕੁਛ ਨਾ ਕੁਛ ਹੁਣ ਚੱਕ ਕੇ ਇੱਧਰ ਉੱਧਰ ਕਮਰੇ ਵਿੱਚੋਂ ਕੱਢ ਕੇ ਕੋਈ ਨਾ ਕੋਈ ਲਗਾ ਹੀ ਦੇਣੀ ਆ, ਅਤੇ ਪਰ ਜਿਹੜਾ ਵਾਈਟ ਕਲਰ ਵਾਲੀ ਨਿਕਲੀ ਉਹ ਵਧੀਆ ਹੋ ਗਿਆ। ਲਾਈਟ ਜਗਾਉਂਦੀ ਹਾਂ, ਟੰਗ ਕਰਦੀ ਆ, ਟੰਗ ਕਰਦੀ ਆ, ਮੈਂ ਮਤ ਬੋਲੋ ਮੈਂ ਪੱਕਾ ਕੱਟੇਗਾ ਮੇਰੇ ਕੋਲ, ਕਲਪ ਜਾਂਦਾ ਵਿਚਾਰਾ, ਕੁਛ ਵੀ ਨਹੀਂ ਕਰਤੇ, ਪਿਆਰ ਕਰਤੇ ਮੈਂ ਇਸਕੇ ਸਾਥ, ਪਿਆਰ ਮੈਂ ਕਲਪ ਜਾਤਾ, ਮੈਂ ਇਹਨੂੰ ਦੂਸਰੀ ਤਰ੍ਹਾਂ ਕਹਿਣੀ। ਮੇਰਾ ਨਾ ਅੱਜ ਬੜਾ ਹੀ ਦਿਲ ਕਰਦਾ ਕਿ ਮੈਂ ਬਾਹਰ ਜਾਣਾ, ਥੋੜ੍ਹਾ ਜਿਹਾ ਬਾਹਰ ਘੁੰਮ ਕੇ ਆਵਾਂ, ਅਤੇ ਨਾਸ਼ਤਾ ਵਗੈਰਾ ਤਾਂ ਮੈਂ ਆਲੂ ਦੇ ਪਰਾਂਠੇ ਖਾ ਲਏ ਆ, ਇੱਕ ਸਮਝਦਾ ਸਾਰੀ ਗੱਲ, ਮੈਂ ਆਲੂ ਦੇ ਪਰਾਂਠੇ ਖਾ ਲਏ, ਮੇਰਾ ਪੇਟ ਤਾਂ ਬਹੁਤ ਜ਼ਿਆਦਾ ਭਰ ਗਿਆ ਹੈ, ਮੇਰਾ ਦਿਲ ਕਰਦਾ ਮੈਂ ਥੋੜ੍ਹਾ ਜਿਹਾ ਨਾ ਕੱਪੜੇ ਛੋਏ ਛੋਏ ਪੱਪੜੇ ਪਾ ਕੇ ਅਤੇ ਮੈਂ ਬਾਹਰ ਵਾਕ ਕਰਕੇ ਆਵਾਂ, ਮੇਰਾ ਬੜਾ ਹੀ ਦਿਲ ਕਰਦਾ ਪਿਆ ਵਾ, ਬਹੁਤ ਚਲਾ ਗਿਆ ਮਿੱਠਾ। ਅੱਛਾ ਤੇ ਮੇਰਾ ਦਿਲ ਕਰਦਾ ਕਿਸੇ ਨੇ ਜਾਣਾ ਤਾਂ ਨੀ ਮੇਰੇ ਨਾਲ ਬਾਹਰ, ਦਿਲ ਤਾਂ ਨੀ ਕਰਦਾ ਕਿਸੇ ਦਾ ਬਾਹਰ ਜਾਣ ਨੂੰ, ਜੇਕਰ ਕਿਸੇ ਦਾ ਬਾਹਰ, ਹਾਂ ਜੇਕਰ ਕਿਸੇ ਦਾ ਬਾਹਰ ਜਾਣ ਨੂੰ ਦਿਲ ਕਰਦਾ ਮੈਨੂੰ ਦੱਸ ਦੋ, ਜਾਂ ਮੈਂ ਛੋਏ ਛੋਏ ਪੱਪੜੇ ਪਾ ਕੇ ਜਾਣਾ ਆ, ਮੇਰਾ ਦਿਲ ਕਰਦਾ ਪਤਾ ਉੱਧਰ ਕੀ ਕਰਨ ਗਿਆ ਕਿ ਚੱਲ ਮੰਮੀ ਆ ਜਾ ਛੇਤੀ ਦੇਣੀ ਕੱਪੜੇ ਪਾ ਲਾ, ਉਹਦੇ ਕਿ ਆ ਮੰਮਾ ਛੇਤੀ ਦੇਣੀ ਆਪਣੇ ਰੂਮ 'ਤੇ ਜਾ ਕੇ ਕੱਪੜੇ ਪਾ ਲਾ, ਮੈਂ ਜਾਣਾ, ਤੂੰ ਜਾਣਾ ਜਾਣਾ, ਹਾਏ ਮੈਂ ਮਰਜੂ, ਦਿਲ ਕਰਦਾ ਤੇਰਾ ਜਾਣ ਨੂੰ, ਪਾ ਲਾ ਤੇ ਕੱਪੜੇ ਪਾ ਤੇ ਚੱਲ ਚੱਲੀਏ, ਤੇ ਚਾਬੀ ਉੱਥੇ ਚਾਬੀ ਪਈ ਕੱਪੜੇ ਪਏ ਹੁੰਦੇ ਆ, ਜਾਣਾ। ਅੱਛਾ ਮੈਂ ਕੀ ਤੂੰ ਜਾਣਾ, ਮੈਂ ਕੀ ਤੂੰ ਜਾ, ਜਾਊਂਗੀ ਜਾਊਂਗੀ, ਮੈਂ ਕੀ ਜਾਊਂਗੀ ਜਾਊਂਗੀ ਜਾਊਂਗੀ, ਆ ਜਾ ਆ ਜਾ ਛੇਤੀ ਮੰਮੀ ਕੱਪੜੇ ਪਾ ਤੇ ਚੱਲ ਮੇਰੇ ਨਾਲ ਬਾਹਰ। ਅੱਛਾ ਪਹਿਲਾਂ ਮੇਰੀ ਇੱਕ ਗੱਲ ਸੁਣ, ਜਦ ਮੇਰੇ ਨਾਲ ਜਾਣਾ ਮੈਨੂੰ ਪੱਪੀ ਦਿਓ ਪਹਿਲਾਂ, ਚਲੋ ਪੱਪੀ ਪਾਓ, ਪਹਿਲਾਂ ਇੱਥੇ ਆ, ਇੱਥੇ ਆ, ਪਹਿਲਾਂ ਪੱਪੀ ਕਰ, ਇੱਥੇ ਆ ਕੇ ਪੱਪੀ ਕਰ, ਚੱਲ ਆ ਦੁਰਕੇ 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 ਦੁਰਕੇ, ਚਲੋ ਫਿਰ ਪੱਪੀ ਪਾਓ ਮੰਮਾ ਦੇ ਨਾਲ, ਮੰਮਾ ਦੇ ਨਾਲ ਫਿਰ ਜੱਫੀ ਪਾਈ ਪਈ ਆ,
ਆਈ ਮੰਮਾ ਜੀ ਨਾਲ ਜੱਫੀ ਪਾਈ ਪਈ ਆ, ਮੰਮਾ ਜੀ ਨਾਲ ਮੱਫੀ ਪਾਈ ਪਈ, ਮੰਮਾ ਦੇ ਨਾਲ ਜੱਫੀ ਪਾਣੀ ਪਈ, ਮੰਮਾ ਤੇਰੇ ਨਾਲ ਲੈ ਕੇ ਜਾਊਗੀ। ਉਹ ਮੋਟੂ ਮੋਟੇ ਓਏ, ਉਹ ਮੋਟੇ ਆਏ 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 ਹਾਏ, ਵਾਰ ਦਾ ਕਿੰਨਾ ਸ਼ੌਕੀਨ ਆ। ਚਾਬੀ ਕਿੱਥੇ ਆ? ਚਾਬੀ ਚੱਕ, ਉੱਥੇ ਪਈ ਚਾਬੀ, ਕਿੱਥੇ ਪਈ ਆ? ਚੱਲ ਚਾਬੀ ਚੱਕੋ ਫਿਰ, ਚੱਲ ਚੱਕੋ ਚਾਬੀ, ਉਹ ਚਾਬੀ ਚੱਕਾ ਫਿਰ, ਚੱਲ ਚੱਲ ਛੇਤੀ ਕਰ, ਮੇਰੀ ਜਾਨ ਨਿਕਲ ਚੱਲੀ, ਮੈਂ ਤਾਂ ਬਾਹਰ ਜਾਣਾ ਜਾਊਗਾ। ਮੰਮੀ ਨੇ ਕੰਮ ਪਿਆ ਵਾ, ਉਹ ਦੇਖ ਲਿਆ, ਮੈਂ ਉਹ ਪੀਪਾ ਧੋ ਕੇ ਰੱਖਿਆ, ਮੈਂ ਹਾਲੇ ਪੀਪੇ ਦੇ ਵਿੱਚ ਆਟਾ ਪਾਉਣਾ। ਮੈਨੂੰ ਆਦਤ ਆ ਕਿ ਜਦੋਂ ਬਿਨਾਂ ਆਟਾ ਮੇਰਾ ਖਤਮ ਹੋ ਜਾਵੇ ਨਾ, ਤਾਂ ਮੈਂ ਪੀਪੇ ਵਿੱਚ ਪਾਉਂਦੀ ਹੁੰਦੀ ਹਾਂ ਉਹਨੂੰ ਅੱਛੀ ਤਰ੍ਹਾਂ ਨਾ, ਅੰਦਰੋਂ ਸਾਫ ਕਰਕੇ ਉਹਨੂੰ ਵਾਸ਼ ਕਰਕੇ ਅਤੇ ਰੱਖ ਲਿਆ, ਅਤੇ ਡਰਾਈ ਹੋ ਗਿਆ। ਹੁਣ ਮੈਂ ਇਹਦੇ ਵਿੱਚ ਆਟੇ ਵਾਲੀ ਥੈਲੀ ਨਿਕਾਲ ਕੇ ਪਾਉਣੀ ਆ। ਪਤਾ ਨਹੀਂ ਕੀ ਗੱਲ ਹੈ, ਮੈਨੂੰ ਸ਼ੁਰੂ ਤੋਂ ਹੀ ਆਦਤ ਹੈ, ਜਦੋਂ ਵੀ ਆਟਾ ਆਉਣਾ ਮੈਂ ਅੱਛੀ ਤਰ੍ਹਾਂ ਧੋ ਕੇ ਨਾ ਸਾਫ਼ ਕਰਕੇ ਸੁਕਾ ਕੇ ਫਿਰ ਦੁਬਾਰਾ ਆਟੇ ਵਾਲੀ ਥੈਲੀ ਪਾਉਣੀ ਆ, ਫਿਰ ਆਟਾ ਭਰ ਲੈਣਾ, ਫਿਰ ਜਦੋਂ ਆਟਾ ਫਿਨਿਸ਼ ਹੋਣਾ ਫਿਰ ਮੈਨੂੰ ਵਾਸ਼ ਕਰਕੇ ਇਹਦੇ ਵਿੱਚ ਆਟਾ ਪਾਉਣਾ। ਇੱਧਰ ਮੇਰੇ ਪਿਆਜ਼ ਨਿਕਲ ਲੈਣ ਵਾਲੇ ਪਏ ਆ, ਬਸ ਹਾਲੇ ਤਾਂ ਕੰਮ ਤਾਂ ਬਥੇਰਾ ਹੈ। ਬਾਊ ਜੀ ਬਾਹਰ ਜਾਣ ਨੂੰ ਤਿਆਰ, ਇਹ ਬਾਊ ਜੀ ਬਾਹਰ ਜਾਣ ਨੂੰ ਤਿਆਰ, ਇਹ ਬਾਹਰ ਜਾਣਾ, ਜਾਂ 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 ਜਾਣਾ ਜਾਣਾ, ਮੇਰਾ ਪੁੱਤਰ ਮੇਰਾ ਕੁੱਕੜੀ, ਨੀ ਮੇਰੀ ਛੁੱਕੜੀ, ਨੀ ਮੇਰੀ ਛੁੱਕੜੀ ਮੁੱਕਰੀ, ਤੇਰਾ ਬਹੁਤ ਦਿਲ ਕਰ, ਪੱਪੀ ਦੇ ਵੱਲ ਮੰਮਾ ਨੂੰ ਪੱਪੀਆਂ ਦੋ ਅਤੇ ਬਾਹਰ ਜਾਓ। ਚਿਕੂ ਤਾਂ ਹੋ ਗਏ ਬਾਹਰ ਜਾਣ ਨੂੰ ਤਿਆਰ ਕਿ ਹਾਂ ਮੰਮਾ ਮੈਨੂੰ ਬਾਹਰ ਲੈ ਕੇ ਜਾਏਗੀ, ਤੇ ਚਲੋ ਬਾਹਰ ਚਲੀਏ। ਕੈਮਰਾ ਮੈਂ ਕੀਤਾ ਸੈੱਟ, ਲੱਗ ਗਿਆ। ਤੇ ਮੈਂ ਬਣਾਉਂਗੀ ਕੜੀ, ਜਦੋਂ ਮੇਰਾ ਦਹੀਂ ਬਚ ਜਾਂਦਾ ਨਾ ਉਸ ਦਿਨ ਮੈਨੂੰ ਕੜੀ ਚੇਤੇ ਆ ਜਾਂਦੀ ਆ, ਕਾਫੀ ਦਹੀਂ ਬਚਿਆ। ਤੇ ਮੈਂ ਬਣਾਉਣ ਲੱਗੀ ਹਾਂ ਕੜੀ, ਤੇ ਪਕੌੜੇ ਵਿੱਚ ਪਾਉਂਗੀ, ਪਕੌੜੇ ਪਾ ਕੇ ਤੇ ਚਲੋ ਆਪਾਂ ਬਣਾਉਂਦੇ ਹਾਂ ਕੜੀ। ਕੈਮਰਾ ਕਰਦੀ ਹਾਂ ਮੈਂ ਸੈੱਟ, ਬਾਹਰ ਜਾਣ ਨੂੰ ਮੇਰਾ ਬੜਾ ਦਿਲ ਕਰਦਾ ਪਿਆ, ਪਰ ਮੈਂ ਕਹਿੰਦੀ ਥੋੜ੍ਹੀ ਜਿਹੀ ਕਿਚਨ ਦਾ ਕੰਮ ਫਿਨਿਸ਼ ਕਰਕੇ, ਹਾਲੇ ਕਿਚਨ ਦਾ ਕੰਮ ਕੀ ਹਾਲ, ਮੈਂ ਪਿਆਜ਼ ਨਿਕਾਲਣੇ ਆ, ਆਟੇ ਦਾ ਥੈਲੀ ਪਾਉਣੀ ਉਹਦੇ ਵਿੱਚ, ਛੋਟਾ ਮੋਟਾ ਕੰਮ ਹੁੰਦਾ ਕਿਚਨ ਦੇ ਵਿੱਚ ਸਾਰਿਆਂ ਦੇ ਹੁੰਦਾ ਹੈ ਨਾ, ਕਦੀ ਕੋਈ ਕੰਮ ਕਦੀ ਕੋਈ ਕੰਮ, ਉਹ ਕੰਮ ਫਿਰ ਸਾਨੂੰ ਜ਼ਿਆਦਾ ਟਾਈਮ ਲਾ ਲੈਂਦਾ। ਕੈਮਰਾ ਸੈੱਟ ਕਰਦੀ ਹਾਂ ਅਤੇ ਕੜੀ ਬਣਾਉਂਦੀ ਹਾਂ, ਕੜੀ ਪਕੌੜਾ, ਕੜੀ ਪਕੌੜਾ। ਕੱਲ੍ਹ ਮੈਂ ਸਵੇਰੇ ਆਲੂ ਵਾਲੇ ਪਰਾਂਠੇ ਖਾਧੇ ਆ, ਹੁਣ ਬੰਦਾ ਕਰੇ ਕੀ, ਹੁਣ ਬਣਾਉਣ ਲੱਗੀ ਕੜੀ। ਕੜੀ ਬਣਾਉਣੀ ਤਾਂ ਫਿਰ ਪਕੌੜੇ ਕੱਢਣੇ ਆ, ਅਤੇ ਕਿੰਨੇ ਪਕੌੜੇ ਤਾਂ ਮੈਂ ਖਾ ਜਾਣੇ, ਹੁਣ ਪਕੌੜੇ ਕੱਢੂੰਗੀ ਖਾਊਂਗੀ ਤਾਂ ਸਹੀ ਨਾ, ਨਾਲੇ ਸਵਾਦ ਚੀਜ਼ ਬਣੀ ਹੋਵੇ ਤਾਂ ਖਾਧੀ ਜਾਂਦੀ ਆ, ਨਾ ਸਵਾਦ ਬਣੇ ਤਾਂ ਡਜ਼ਨ ਟਮਾਟਰ। ਅਤੇ ਮੈਂ ਕਹਿੰਦੀ ਥੋੜ੍ਹੇ ਜਿਹੇ ਪਹਿਲਾਂ ਬਾਹਰ ਘੁੰਮਾਓ ਫਿਰ ਬਣਾਉਣੀ ਆ ਕੜੀ, ਮੇਰਾ ਬਾਹਰ ਜਾਣ ਦਿਲ ਕਰਦਾ। ਚਿਕੂ ਵੀ ਥੋੜ੍ਹਾ ਤਿਆਰ ਹੋਈ ਹੈ, ਸ਼ਾਮ ਨੂੰ ਜਾਂਦੀ ਨਹੀਂ, ਸ਼ਾਮ ਨੂੰ ਨਹੀਂ, ਮੈਂ ਹੁਣੇ ਜਾਂਦੀ ਹਾਂ, ਨਾਲੇ ਆਪਣੇ ਜਿਹੜੇ ਆਲੂ ਵਾਲੇ ਪਰਾਂਠੇ ਖਾਧੇ ਆ ਨਾ, ਬਹੁਤ ਟੇਸਟੀ ਸੀ, ਅਤੇ ਉਹ ਜ਼ਰਾ ਹਜ਼ਮ ਕਰਕੇ ਆਉਂਦੇ ਹਾਂ, ਫਿਰ ਪਕੌੜੇ ਬਣਾਉਂਗੀ ਕੜੀ ਵਿੱਚ ਪਾਉਣ ਵਾਸਤੇ, ਖਾਵਾਂਗੇ। ਇੱਧਰ ਮੈਂ ਕੜੀ ਬੰਨੀ ਰੱਖ ਦਿੱਤੀ ਆ, ਅਤੇ ਕੜੀ ਹੁੰਦੀ ਜਿਹੜੀ ਕੜ ਕੜ ਕੇ ਬਣੇ ਅਤੇ ਅੱਧਾ ਘੰਟਾ ਇਹਨੇ ਰਿੱਝਣਾ ਹੈ, ਅਤੇ ਮੈਂ ਦੂਸਰੀ ਤਰਫ ਬਣਾਉਣ ਲੱਗੀ। ਹੁਣ ਮੈਂ ਇਹਨੂੰ ਦੂਸਰੇ ਚੁੱਲ੍ਹੇ 'ਤੇ ਰੱਖ ਦੇਣਾ ਤਾਂ ਕਿ ਇਹ ਰਿੱਝਦੀ ਰਹੇ, ਤਦ ਤੱਕ ਮੈਂ ਪਕੌੜੇ ਬਣਾ ਲੈਣੇ ਆ। ਅਤੇ ਅੱਜ ਮੈਂ ਇਹਦੇ ਵਿੱਚ ਕੜੀ ਦੇ ਵਿੱਚ ਆਲੂ ਨਹੀਂ ਪਾਏ, ਅਤੇ ਮੈਂ ਪਾਊਂਗੀ ਪਕੌੜੇ ਜਿਹੜੇ ਬਣਾਉਂਗੀ ਨਾ ਉਹ ਪਿਆਜ਼ ਅਤੇ ਆਲੂ ਦੇ ਬਣਾਉਂਗੀ,
ਕਿਉਂਕਿ ਪਕੌੜੇ ਹੀ ਮੈਂ ਆਲੂ ਪਿਆਜ਼ ਵਾਲੇ ਬਣਾ ਲੈਣੇ, ਇਸ ਕਰਕੇ ਮੈਂ ਇਹਦੇ ਵਿੱਚ ਆਲੂ ਨਹੀਂ ਪਾਏ ਅਤੇ ਮੈਂ ਕੋਸ਼ਿਸ਼ ਕੀਤੀ ਕਿ ਥੋੜ੍ਹੀ ਕੜੀ ਬਣਾਵਾਂ, ਹੋ ਸਕਦਾ ਫਿਰ ਜ਼ਿਆਦਾ ਬਣ ਜਾਵੇ। ਦੂਸਰੇ ਚੁੱਲ੍ਹੇ 'ਤੇ ਰੱਖ ਕੇ ਇੱਥੇ ਮੈਂ ਪਕੌੜੇ ਬਣਾਉਣ ਲੱਗੀ ਹਾਂ। ਇੱਧਰ ਬਾਬੇ ਅੱਗੇ ਮੈਂ ਗਰਮ ਪਕੌੜੇ ਹੋਰ ਵੀ ਨਿਕਲਦੇ ਪਏ ਕੜੀ ਵਿੱਚ ਪਾਉਣ ਵਾਸਤੇ, ਇੰਨੇ ਤਾਂ ਮੈਂ ਵੈਸੇ ਖਾ ਜਾਣੇ ਦੇਖ ਲੈਂਦੇ ਟੇਸਟੀ। ਕੜੀ ਮੇਰੀ ਤਿਆਰ ਹੈ, तो चलिए फिर आज के ब्लॉग का हम यहीं पे एंड करते हैं और मिलते हैं आपको कल, कल नहीं तो परसों, परसों नहीं तो नरसों। आज का ब्लॉग आपको कैसा लगा मेरे को कमेंट सेक्शन में ज़रूर बताना, मेरी वीडियो को लाइक ज़रूर करना, शेयर ज़रूर करना और सब्सक्राइब करना नहीं भूलना। ओके, बाय बाय, सी यू।